ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਹੀ ਟੇਸਟੀ ਗੋਭੀ ਅਤੇ ਕੋਫਤਿਆਂ ਦੀ ਸਬਜ਼ੀ ਯਕੀਨ ਮੰਨੋ ਜਦੋਂ ਤੁਸੀਂ ਇਹ ਸਬਜ਼ੀ ਬਣਾ ਕੇ ਖਾਓਗੇ ਤਾਂ ਤੁਸੀਂ ਘੀਆ ਦੇ ਕੋਫਤੇ ਅਤੇ ਮਲਾਈ ਕੋਫਤਾ ਖਾਣਾ ਬਿਲਕੁਲ ਭੁੱਲ ਜਾਓਗੇ ਇੰਨੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਸੌਫਟ ਅਤੇ ਬਹੁਤ ਹੀ ਸਪੰਜੀ ਕੋਫਤਾ ਬਣ ਕੇ ਤਿਆਰ ਹੁੰਦੇ ਹਨ ਅਤੇ ਜਿਹੜੀ ਆਪਾਂ ਗ੍ਰੇਵੀ ਬਣਾਵਾਂਗੇ ਬਹੁਤ ਹੀ ਰਿਚ ਅਤੇ ਬਿਲਕੁਲ ਹੋਟਲ ਸਟਾਈਲ ਆਪਾਂ ਬਣਾਵਾਂਗੇ ਅਤੇ ਬਿਲਕੁਲ ਸਿੰਪਲ ਅਤੇ ਘਰ ਦੇ ਮਸਾਲਿਆਂ ਨਾਲ ਆਪਾਂ ਇਹ ਰੈਸਪੀ ਤਿਆਰ ਕਰਾਂਗੇ ਅਤੇ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ 'ਚ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਕੋਫਤਾ ਕਰੀ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਕੋਫਤਾ ਬਣਾਉਣ ਵਾਸਤੇ ਇੱਥੇ ਮੈਂ 400 ਗ੍ਰਾਮ ਜਿਹੜੀ ਹੈ ਗੋਭੀ ਲਈ ਹੈ ਅਤੇ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਿਆ ਹੈ ਵਾਸ਼ ਕਰਕੇ ਥੋੜ੍ਹੀ ਦੇਰ ਵਾਸਤੇ ਆਪਾਂ ਇਹਨੂੰ ਟੋਕਰੀ ਵਿੱਚ ਪਾ ਕੇ ਸੁਕਾ ਲਿਆ ਹੈ ਹੁਣ ਆਪਾਂ ਇਹਨੂੰ ਕੱਦੂਕਸ ਕਰਾਂਗੇ ਤੁਹਾਡੇ ਕੋਲ ਮੋਟਾ ਬਰੀਕ ਜਿੱਦਾਂ ਦਾ ਵੀ ਕੱਦੂਕਸ ਹੋਵੇ ਗ੍ਰੇਟਰ ਹੋਵੇ ਤੁਸੀਂ ਉਹਦੇ ਨਾਲ ਗ੍ਰੇਟ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੱਦੂਕਸ ਵਗੈਰਾ ਨਹੀਂ ਹੈਗਾ ਤੁਸੀਂ ਇਹਨੂੰ ਚੌਪਰ ਵਿੱਚ ਪਾ ਕੇ ਚੌਪ ਵੀ ਕਰ ਸਕਦੇ ਹੋ ਤਾਂ ਵੀ ਇਹ ਕੋਫਤੇ ਬਹੁਤ ਹੀ ਵਧੀਆ ਬਣ ਜਾਂਦੇ ਹਨ ਧਿਆਨ ਰਹੇ ਕਿ ਗੋਭੀ ਜਿਹੜੀ ਹੈ ਜ਼ਿਆਦਾ ਗਿੱਲੀ ਨਹੀਂ ਹੋਣੀ ਚਾਹੀਦੀ ਇੱਕਦਮ ਆਪਾਂ ਸੁੱਕੀ ਗੋਭੀ ਯੂਜ਼ ਕੀਤੀ ਹੈ ਇਹਦੇ ਵਿੱਚ ਪਾਣੀ ਜ਼ਿਆਦਾ ਨਹੀਂ ਹੈਗਾ ਕਿਉਂਕਿ ਮੈਂ ਪਹਿਲਾਂ ਤੋਂ ਹੀ ਧੋ ਕੇ ਰੱਖੀ ਹੋਈ ਸੀਗੀ ਜੇ ਤੁਹਾਡੀ ਗੋਭੀ ਜ਼ਿਆਦਾ ਗਿੱਲੀ ਹੋਏਗੀ ਤੁਹਾਨੂੰ ਇਹਦਾ ਪਾਣੀ ਨਿਚੋੜਨਾ ਪਏਗਾ ਅਤੇ ਗੋਭੀ ਦਾ ਫੁੱਲ ਆਪਾਂ ਅਗਲੀ ਸਾਈਡ ਤੋਂ ਸਿਰਫ ਜਿਹੜਾ ਗ੍ਰੇਟ ਕਰਨਾ ਹੈ ਪਿੱਛੇ ਵਾਲਾ ਹਿੱਸਾ ਆਪਾਂ ਗ੍ਰੇਟ ਨਹੀਂ ਕਰਾਂਗੇ ਹੁਣ ਸਾਰੀ ਗੋਭੀ ਨੂੰ ਮੈਂ ਕੱਦੂਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਕੱਦੂਕਸ ਕੀਤਾ ਹੋਇਆ ਅਦਰਕ ਪਾਵਾਂਗੇ ਇੱਕ ਚਮਚ ਆਪਾਂ ਅਦਰਕ ਦਾ ਪਾਇਆ ਹੈ ਤੁਸੀਂ ਕੁੱਟ ਕੇ ਵੀ ਅਦਰਕ ਪਾ ਸਕਦੇ ਹੋ ਦੋ ਹਰੀਆਂ ਮਿਰਚਾਂ ਨੂੰ ਆਪਾਂ ਕੁੱਟ ਕੇ ਪਾ ਦਿੱਤਾ ਹੈ ਥੋੜ੍ਹਾ ਜਿਹਾ ਧਨੀਆ ਆਪਾਂ ਬਰੀਕ ਕੱਟ ਕੇ ਪਾਵਾਂਗੇ ਅੱਧਾ ਚਮਚ ਪਾਵਾਂਗੇ ਸੁੱਕਾ ਧਨੀਆ ਇਹਨੂੰ ਆਪਾਂ ਦਰਦਰਾ ਕੁੱਟ ਲਿਆ ਹੈ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਗਰਮ ਮਸਾਲਾ ਚਮੇ ਦਾ ਚੌਥਾ ਹਿੱਸਾ ਪਾਵਾਂਗੇ ਚਮੇ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਚਮੇ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਅਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਨਮਕ ਆਪਾਂ ਹਾਲੇ ਨਹੀਂ ਪਾਇਆ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਅਤੇ ਹੁਣ ਆਪਾਂ ਮਸਾਲਿਆਂ ਨੂੰ ਗੋਭੀ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਹੈ ਅਤੇ ਕੋਫਤਿਆਂ ਦੀ ਬਾਈਂਡਿੰਗ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਇੱਕ ਕੱਪ ਬੇਸਨ ਲਿਆ ਹੈ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਬੇਸਨ ਇਹਦੇ ਵਿੱਚ ਪਾਵਾਂਗੇ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਪਾਣੀ ਦਾ ਯੂਜ਼ ਆਪਾਂ ਬਿਲਕੁਲ ਨਹੀਂ ਕਰਨਾ ਅਤੇ ਜਿਹੜਾ ਗੋਭੀ ਦਾ ਪਾਣੀ ਹੈ ਉਹਦੇ ਨਾਲ ਹੀ ਇਹ ਜਿਹੜਾ ਸਾਡਾ ਡੋ ਹੈ ਕੋਫਤਿਆਂ ਦਾ ਉਹ ਤਿਆਰ ਹੋ ਜਾਏਗਾ ਹੱਥਾਂ ਨਾਲ ਦਬਾ ਦਬਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਤਾਂ ਕਿ ਜਿਹੜਾ ਗੋਭੀ ਦਾ ਪਾਣੀ ਬਾਹਰ ਆਵੇ ਅਤੇ ਉਹਦੇ ਨਾਲ ਹੀ ਆਪਾਂ ਜਿਹੜੀ ਇਹਦੀ ਬਾਈਂਡਿੰਗ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਬੇਸਨ ਹੋਰ ਪਾਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਆਪਾਂ ਅੱਧੇ ਚਮਚ ਤੋਂ ਘੱਟ ਲਿਆ ਹੈ ਅਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਕੋਫਤਿਆਂ ਦਾ ਡੋ ਜਿਹੜਾ ਹੈ ਇੱਕਦਮ ਆਪਾਂ ਆਟੇ ਵਾਂਗੂ ਜਿਹੜਾ ਤਿਆਰ ਕਰਨਾ ਹੈ ਬਹੁਤ ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ ਨਾ ਬਹੁਤ ਜ਼ਿਆਦਾ ਸੌਫਟ ਹੋਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਬੇਸਣ ਦਾ ਯੂਜ਼ ਬਹੁਤ ਜ਼ਿਆਦਾ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਅੱਧਾ ਕੱਪ ਜਿਹੜਾ ਬੇਸਣ ਦਾ ਯੂਜ਼ ਕੀਤਾ ਹੈ ਅਤੇ ਹੁਣ ਆਪਾਂ ਕੋਫਤਿਆਂ ਦੀ ਸ਼ੇਪ ਵਿੱਚ ਇਹ ਬੋਲ ਜਿਹੜੇ ਤਿਆਰ ਕਰ ਲਵਾਂਗੇ ਬਹੁਤ ਜ਼ਿਆਦਾ ਵੱਡੇ ਨਹੀਂ ਰੱਖਣੇ ਨਾ ਬਹੁਤ ਜ਼ਿਆਦਾ ਛੋਟੇ ਰੱਖਣੇ ਹਨ ਜਿਸ ਤਰ੍ਹਾਂ ਆਪਾਂ ਦੂਸਰੇ ਕੋਫਤੇ ਬਣਾਉਂਦੇ ਹਾਂ ਸੇਮ ਉਸੇ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਾਂਗੇ ਅਤੇ ਹੁਣ ਸਾਰੇ ਬੋਲਸ ਆਪਾਂ ਇਸੇ ਸ਼ੇਪ ਵਿੱਚ ਬਣਾ ਕੇ ਰੱਖ ਲਵਾਂਗੇ ਅਤੇ ਹੁਣ ਕੋਫਤਿਆਂ ਵਾਸਤੇ ਮੈਂ ਬੋਲਸ ਬਣਾ ਕੇ ਰੱਖ ਲਏ ਹਨ ਤਾਂ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹੁਣ ਕੜਾਈ ਵਿੱਚ ਆਪਾਂ ਸਰ੍ਹੋਂ ਦਾ ਤੇਲ ਲਿਆ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰਕੇ ਹੁਣ ਲੋਅ ਕਰ ਦਿੱਤਾ ਹੈ ਤਾਂ ਕਿ ਜਿਹੜੀ ਇਹਦੀ ਹੀਟ ਹੈ ਥੋੜ੍ਹੀ ਘੱਟ ਜਾਵੇ ਹੁਣ ਆਪਾਂ ਇਹਦੇ ਵਿੱਚ ਕੋਫਤੇ ਇਕੱਲੇ ਇਕੱਲੇ ਕਰਕੇ ਪਾ ਦੇਵਾਂਗੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਪਰ ਇਹ ਵਾਲੀ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਹੀ ਵਧੀਆ ਲੱਗਦੀ ਹੈ ਹੁਣ ਸਾਰੇ ਕੋਫਤੇ ਮੈਂ ਕੜਾਈ ਵਿੱਚ ਪਾ ਦਿੱਤੇ ਹਨ ਫਲੇਮ ਨੂੰ ਹੁਣ ਮੈਂ ਮੀਡੀਅਮ ਕਰ ਦਿੱਤਾ ਹੈ ਅਤੇ ਮੀਡੀਅਮ ਫਲੇਮ 'ਤੇ ਆਪਾਂ ਇਹ ਕੋਫਤੇ ਜਿਹੜੇ ਹਨ ਫਰਾਈ ਕਰਨੇ ਹਨ ਹਾਲੇ ਆਪਾਂ ਇਹਨੂੰ 3-4 ਮਿੰਟ ਨਹੀਂ ਹਿਲਾਇਆ ਤਾਂ ਹੁਣ ਆਪਾਂ ਇਹਨੂੰ ਹਿਲਾ ਕੇ ਦੇਖਾਂਗੇ ਫਲੇਮ ਨੂੰ ਹਾਈ ਬਿਲਕੁਲ ਨਹੀਂ ਕਰਨਾ ਫਲੇਮ ਨੂੰ ਆਪਾਂ ਬਿਲਕੁਲ ਮੀਡੀਅਮ ਰੱਖਣਾ ਹੈ ਅਤੇ ਮੀਡੀਅਮ ਫਲੇਮ ਦੇ ਉੱਪਰ ਹੀ ਆਪਾਂ ਫਰਾਈ ਕਰਾਂਗੇ ਤਾਂ ਕਿ ਅੰਦਰ ਤੱਕ ਜਿਹੜੇ ਕੋਫਤੇ ਹਨ ਉਹ ਪੱਕ ਜਾਣ ਜੇ ਹੀਟ ਜ਼ਿਆਦਾ ਹੋਏਗੀ ਕੋਫਤੇ ਬਾਹਰੋਂ ਜਿਹੜੇ ਹਨ ਜਲਦੀ ਬਣ ਜਾਣਗੇ ਅਤੇ ਅੰਦਰੋਂ ਜਿਹੜੇ ਬਿਲਕੁਲ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਫਲੇਮ ਦੇ ਉੱਪਰ ਫਰਾਈ ਕਰਨਾ ਹੈ ਅਤੇ ਗੋਲਡਨ ਹੋਣ ਤੱਕ ਫਰਾਈ ਕਰਾਂਗੇ
ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਲਰ ਹੈ ਕੋਫਤਿਆਂ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵਿੱਚ ਵਿੱਚ ਆਪਾਂ ਇਹਨਾਂ ਨੂੰ ਹਿਲਾਉਂਦੇ ਰਵਾਂਗੇ। ਕੋਫਤੇ ਹੁਣ ਬਹੁਤ ਹੀ ਵਧੀਆ ਫਰਾਈ ਹੋ ਗਏ ਹਨ, ਕਲਰ ਇਹਨਾਂ ਦਾ ਬਹੁਤ ਹੀ ਵਧੀਆ ਆਇਆ ਹੈ, ਇੱਕਦਮ ਗੋਲਡਨ ਕਲਰ ਜਿਹੜਾ ਇਹਨਾਂ ਦਾ ਆ ਗਿਆ ਹੈ। ਬਹੁਤ ਹੀ ਵਧੀਆ ਕੋਫਤੇ ਬਣ ਕੇ ਤਿਆਰ ਹੋਏ ਹਨ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ। ਜਦੋਂ ਵੀ ਕੋਫਤੇ ਬਣਾਓ ਤਾਂ ਮੀਡੀਅਮ ਫਲੇਮ 'ਤੇ ਹੀ ਬਣਾਓ, ਫਿਰ ਹੀ ਕੋਫਤੇ ਤੁਹਾਡੇ ਵਧੀਆ ਬਣਨਗੇ। ਹੁਣ ਸਬਜ਼ੀ ਬਣਾਉਣ ਵਾਸਤੇ ਕੋਫਤੇ ਬਿਲਕੁਲ ਤਿਆਰ ਹਨ, ਬਹੁਤ ਹੀ ਵਧੀਆ ਕੋਫਤੇ ਬਣ ਕੇ ਤਿਆਰ ਹੋਏ ਹਨ। ਹੁਣ ਤੁਹਾਨੂੰ ਮੈਂ ਇੱਕ ਕੋਫਤਾ ਕੱਟ ਕੇ ਦਿਖਾਵਾਂਗੀ ਕਿ ਅੰਦਰੋਂ ਕਿਸ ਤਰ੍ਹਾਂ ਦਾ ਬਣਿਆ ਹੈ। ਬਹੁਤ ਹੀ ਆਰਾਮ ਨਾਲ ਆਪਾਂ ਇਹਨੂੰ ਕੱਟ ਲਿਆ ਹੈ। ਕੋਫਤਾ ਅੰਦਰੋਂ ਬਹੁਤ ਹੀ ਵਧੀਆ ਬਣਿਆ ਹੈ, ਤੁਸੀਂ ਦੇਖ ਸਕਦੇ ਹੋ, ਇੱਕਦਮ ਸਪੰਜੀ ਬਣਿਆ ਹੈ। ਬਹੁਤ ਹੀ ਵਧੀਆ ਕੋਫਤੇ ਸਾਡੇ ਬਣ ਕੇ ਤਿਆਰ ਹੋਏ ਹਨ। ਤਾਂ ਹੁਣ ਆਪਾਂ ਇਹਨਾਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਹੁਣ ਮਿਕਸੀ ਦੇ ਕੱਪ ਵਿੱਚ ਆਪਾਂ ਪਾਵਾਂਗੇ 2 ਕੱਟੇ ਹੋਏ ਪਿਆਜ਼, 2 ਕੱਟੇ ਹੋਏ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ, ਇੱਕਦਮ ਲਾਲ ਲਾਲ ਟਮਾਟਰ ਆਪਾਂ ਇਸ ਕਰੀ ਵਿੱਚ ਯੂਜ਼ ਕਰਾਂਗੇ, 2 ਹਰੀਆਂ ਮਿਰਚਾਂ ਪਾਵਾਂਗੇ। ਅਤੇ ਹੁਣ ਢੱਕਣ ਲਗਾ ਕੇ ਆਪਾਂ ਇੱਕਦਮ ਬਰੀਕ ਪੇਸਟ ਤਿਆਰ ਕਰ ਲਵਾਂਗੇ। ਹੁਣ ਮੈਂ ਚੰਗੀ ਤਰ੍ਹਾਂ ਨਾ ਟਮਾਟਰ ਦੇ ਪਿਆਜ਼ ਪੀਸ ਲਏ ਹਨ, ਤੁਸੀਂ ਦੇਖ ਸਕਦੇ ਹੋ ਇੱਕਦਮ ਬਰੀਕ ਆਪਾਂ ਪੀਸ ਕੇ ਤਿਆਰ ਕੀਤੇ ਹਨ। ਹੁਣ ਆਪਾਂ ਤੜਕਾ ਲਗਾਵਾਂਗੇ। ਕੜਾਹੀ ਵਿੱਚ ਹੁਣ ਮੈਂ 3-4 ਚਮਚ ਤੇਲ ਦੇ ਪਾਏ ਹਨ, ਤੇਲ ਹੁਣ ਗਰਮ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਕੁਝ ਸਾਬਤ ਮਸਾਲੇ ਪਾਵਾਂਗੇ, 1/2 ਚਮਚ ਲਿਆ ਹੈ ਜੀਰਾ, 1 ਛੋਟੀ ਇਲਾਇਚੀ, 1 ਦਾਲਚੀਨੀ ਦਾ ਟੁਕੜਾ ਅਤੇ 1 ਆਪਾਂ ਇੱਥੇ ਤੇਜ ਪੱਤਾ ਲਿਆ ਹੈ। ਤਾਂ ਆਪਾਂ ਇਹ ਸਾਰੇ ਮਸਾਲੇ ਤੇਲ ਵਿੱਚ ਪਾ ਕੇ ਅਤੇ ਗੋਲਡਨ ਜਿਹਾ ਹੋਣ ਤੱਕ ਫਰਾਈ ਕਰ ਲਵਾਂਗੇ। ਮਸਾਲੇ ਹੁਣ ਗੋਲਡਨ ਜਿਹੇ ਹੋ ਗਏ ਹਨ ਅਤੇ ਇਹਦੇ ਵਿੱਚ ਆਪਾਂ 1 ਵੱਡਾ ਚਮਚ ਅਦਰਕ ਲਸਣ ਦਾ ਕੁੱਟਿਆ ਹੋਇਆ ਪਾਵਾਂਗੇ ਅਤੇ ਇਹਨੂੰ ਆਪਾਂ ਗੋਲਡਨ ਹੋਣ ਤੱਕ ਫਰਾਈ ਕਰ ਲਵਾਂਗੇ। ਅਦਰਕ ਲਸਣ ਹੁਣ ਗੋਲਡਨ ਜਿਹਾ ਹੋ ਗਿਆ ਹੈ ਅਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼, ਟਮਾਟਰ ਅਤੇ ਹਰੀ ਮਿਰਚ ਜਿਹੜੀ ਪੀਸੀ ਸੀਗੀ ਉਹ ਆਪਾਂ ਇਹ ਤੜਕੇ ਦੇ ਵਿੱਚ ਪਾ ਦੇਵਾਂਗੇ ਅਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਾਂਗੇ। ਪਿਆਜ਼ ਟਮਾਟਰ ਆਪਾਂ ਜਿਹੜਾ ਹੈ ਮਿਕਸੀ ਵਿੱਚ ਪੀਸਿਆ ਹੈ, ਇਸ ਕਰਕੇ ਆਪਾਂ ਨੂੰ ਥੋੜ੍ਹਾ ਟਾਈਮ ਲੱਗੇਗਾ ਤੜਕੇ ਨੂੰ ਫਰਾਈ ਕਰਨ ਦੇ ਵਿੱਚ। ਫਲੇਮ ਨੂੰ ਆਪਾਂ ਇੱਥੇ ਲੋਅ ਕਰਤਾ ਹੈ ਅਤੇ ਲੋਅ ਫਲੇਮ 'ਤੇ ਆਪਾਂ ਢੱਕਣ ਦੇ ਕੇ ਹਲੇ ਪਕਾਵਾਂਗੇ, ਕਿਉਂਕਿ ਇਸ ਤਰੀਕੇ ਨਾਲ ਜਿਹੜੇ ਛਿੱਟੇ ਬਾਹਰ ਆ ਰਹੇ ਹਨ ਉਹ ਬਾਹਰ ਨਹੀਂ ਆਉਣਗੇ, ਤਾਂ ਆਪਾਂ ਢੱਕ ਕੇ ਪਕਾਵਾਂਗੇ। ਹੁਣ ਇੱਥੇ ਇੱਕ ਮੈਂ ਬਾਊਲ ਲਿਆ ਹੈ, ਇਹਦੇ ਵਿੱਚ ਪਾਵਾਂਗੇ ਆਪਾਂ 1/2 ਚਮਚ ਕਸ਼ਮੀਰੀ ਲਾਲ ਮਿਰਚ, 1/2 ਚਮਚ ਪਾਵਾਂਗੇ ਹਲਦੀ ਪਾਊਡਰ, ਧਨੀਆ ਪਾਊਡਰ ਆਪਾਂ 1/2 ਚਮਚ ਪਾਵਾਂਗੇ, ਗਰਮ ਮਸਾਲਾ ਚਮਚ ਦਾ 1/4 ਹਿੱਸਾ ਪਾਵਾਂਗੇ। ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਤੈਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਜਦੋਂ ਇਸ ਤਰੀਕੇ ਨਾਲ ਮਸਾਲੇ ਪਾਏ ਜਾਂਦੇ ਹਨ ਸਬਜ਼ੀ 'ਚ ਤਾਂ ਮਸਾਲੇ ਜਲਦੇ ਨਹੀਂ ਹਨ ਅਤੇ ਬਹੁਤ ਹੀ ਵਧੀਆ ਸਬਜ਼ੀ ਦਾ ਟੈਕਸਚਰ ਵੀ ਆਉਂਦਾ ਹੈ, ਇਸ ਕਰਕੇ ਆਪਾਂ ਇਸ ਤਰੀਕੇ ਨਾਲ ਇਹ ਮਸਾਲਾ ਤਿਆਰ ਕੀਤਾ ਹੈ। ਸਬਜ਼ੀ ਵਾਸਤੇ ਆਪਾਂ ਮਸਾਲਾ ਤਿਆਰ ਕਰ ਲਿਆ ਹੈ, ਹੁਣ ਆਪਾਂ ਢੱਕਣ ਚੁੱਕ ਕੇ ਦੇਖਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਤੇਲ ਜਿਹੜਾ ਹੈ ਉੱਪਰ ਆ ਗਿਆ ਹੈ ਤੜਕੇ ਦੇ, ਥੋੜ੍ਹਾ ਜਿਹਾ ਪਾਣੀ ਵੀ ਘੱਟ ਗਿਆ ਹੈ ਇਹਦੇ ਵਿੱਚ, ਹਲੇ ਆਪਾਂ ਚੰਗੀ ਤਰ੍ਹਾਂ ਇਹਨੂੰ ਹੋਰ ਭੁੰਨਾਂਗੇ ਜਦੋਂ ਤੱਕ ਕਿ ਸਾਰਾ ਪਾਣੀ ਸੁੱਕ ਨਹੀਂ ਜਾਂਦਾ। ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਅਤੇ ਨਮਕ ਪਾ ਕੇ ਹਲੇ ਆਪਾਂ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ। ਨਮਕ ਪਾ ਕੇ ਤੜਕਾ ਬਹੁਤ ਜਲਦੀ ਫਰਾਈ ਹੁੰਦਾ ਹੈ, ਇਸ ਕਰਕੇ ਆਪਾਂ ਨਮਕ ਪਾਇਆ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਟਮਾਟਰ ਪਿਆਜ਼ ਦਾ ਜਿਹੜਾ ਹੈ ਪਾਣੀ ਉਹ ਸੁੱਕਣਾ ਸ਼ੁਰੂ ਹੋ ਗਿਆ ਹੈ, ਹਲੇ ਆਪਾਂ ਥੋੜ੍ਹੀ ਦੇਰ ਹੋਰ ਪਕਾਵਾਂਗੇ। ਪਿਆਜ਼ ਹੁਣ ਕਾਫੀ ਡਰਾਈ ਹੋ ਗਿਆ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਮਸਾਲਾ ਤਿਆਰ ਕੀਤਾ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਅਤੇ ਮਸਾਲਾ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਨਾਲ ਇਸ ਤੜਕੇ ਨੂੰ ਭੁੰਨ ਲਵਾਂਗੇ। ਦੋ ਕੁ ਚਮਚ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈ ਤਾਂ ਪਾਣੀ ਪਾ ਕੇ ਆਪਾਂ ਇਹਨੂੰ ਹਲੇ ਹੋਰ ਭੁੰਨਾਂਗੇ। ਇਸ ਤੜਕੇ ਵਿੱਚ ਮੈਂ ਜ਼ਿਆਦਾ ਤੇਲ ਦਾ ਯੂਜ਼ ਨਹੀਂ ਕੀਤਾ ਕਿਉਂਕਿ ਆਪਾਂ ਜਿਹੜੇ ਕੋਫਤੇ ਹਨ ਉਹ ਵੀ ਤੇਲ ਵਿੱਚ ਫਰਾਈ ਕੀਤੇ ਹਨ ਤਾਂ ਬਹੁਤ ਹੀ ਘੱਟ ਆਪਾਂ ਤੇਲ ਵਿੱਚ ਇਹ ਤੜਕਾ ਤਿਆਰ ਕੀਤਾ ਹੈ। ਮਸਾਲੇ ਵੀ ਹੁਣ ਚੰਗੀ ਤਰ੍ਹਾਂ ਪੱਕ ਗਏ ਹਨ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ, 3 ਚਮਚ ਆਪਾਂ ਦਹੀਂ ਦੇ ਪਾਵਾਂਗੇ, ਦਹੀਂ ਮੈਂ ਫੈਂਟ ਕੇ ਲਿਆ ਹੈ ਤਾਂ 3 ਵੱਡੇ ਚਮਚ ਆਪਾਂ ਦਹੀਂ ਦੇ ਪਾਵਾਂਗੇ, ਛੋਟੇ ਚਮਚ ਤੁਸੀਂ 4-5 ਪਾ ਸਕਦੇ ਹੋ। ਜਦੋਂ ਦਹੀਂ ਪਾਇਆ ਜਾਂਦਾ ਹੈ ਤਾਂ ਸਬਜ਼ੀ ਦੀ ਜਿਹੜੀ ਕੰਸਿਸਟੈਂਸੀ ਹੈ ਬਹੁਤ ਹੀ ਵਧੀਆ ਹੋ ਜਾਂਦੀ ਹੈ, ਗ੍ਰੇਵੀ ਬਹੁਤ ਜ਼ਿਆਦਾ ਰਿਚ ਬਣ ਕੇ ਤਿਆਰ ਹੁੰਦੀ ਹੈ, ਇਸ ਕਰਕੇ ਆਪਾਂ ਇਹਦੇ ਵਿੱਚ ਦਹੀਂ ਪਾਇਆ ਹੈ। ਤੁਸੀਂ ਦਹੀਂ ਦੀ ਜਗ੍ਹਾ 'ਤੇ ਇੱਥੇ ਕਰੀਮ ਵੀ ਪਾ ਸਕਦੇ ਹੋ, ਮਲਾਈ ਪਾ ਸਕਦੇ ਹੋ, ਉਹਦੇ ਨਾਲ ਵੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ।
ਤੇ ਦਹੀਂ ਪਾ ਕੇ ਆਪਾਂ ਲਗਾਤਾਰ ਇਹਨੂੰ ਤੜਕੇ ਨੂੰ ਇਸੇ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਚੰਗੀ ਤਰ੍ਹਾਂ ਦਹੀਂ ਜਿਹੜਾ ਹੈ ਉਹ ਪੱਕ ਜਾਵੇ ਇਹਦੇ ਵਿੱਚ ਕੋਈ ਵੀ ਦਹੀਂ ਦੀਆਂ ਕਣ ਵਗੈਰਾ ਨਾ ਰਹਿ ਜਾਣ ਚੰਗੀ ਤਰ੍ਹਾਂ ਆਪਾਂ ਇਹਨੂੰ ਫਰਾਈ ਕਰਨਾ ਹੈ ਇਸ ਤਰੀਕੇ ਦੇ ਨਾਲ ਫਟਾਫਟ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਜਾਵਾਂਗੇ ਤੇ ਫਲੇਮ ਨੂੰ ਮੈਂ ਮੀਡੀਅਮ ਰੱਖਿਆ ਤੇ ਮੀਡੀਅਮ ਫਲੇਮ ਤੇ ਆਪਾਂ ਇਹ ਤੜਕਾ ਜਿਹੜਾ ਹੈ ਤਿਆਰ ਕੀਤਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਤੜਕਾ ਜਿਹੜਾ ਹੈ ਡਰਾਈ ਹੋਣਾ ਸ਼ੁਰੂ ਹੋ ਗਿਆ ਹੈ ਇਹਦੇ ਵਿੱਚ ਬਿਲਕੁਲ ਪਾਣੀ ਖਤਮ ਹੋ ਗਿਆ ਹੈ ਦਹੀਂ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਜਿਹੜਾ ਹੈ ਭੁੰਨ ਲਿਆ ਹੈ ਤੜਕਾ ਬਹੁਤ ਹੀ ਵਧੀਆ ਸਾਡਾ ਤਿਆਰ ਹੋ ਗਿਆ ਹੈ ਤੜਕਾ ਸਾਡਾ ਬਹੁਤ ਹੀ ਵਧੀਆ ਜਿਹੜਾ ਤਿਆਰ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਥੇ ਮੈਂ ਗਰਮ ਪਾਣੀ ਦਾ ਯੂਜ਼ ਕੀਤਾ ਹੈ ਪਾਣੀ ਗਰਮ ਹੀ ਪਾਉਣਾ ਹੈ ਜਿੰਨੀ ਤੁਹਾਨੂੰ ਗ੍ਰੇਵੀ ਚਾਹੀਦੀ ਹੈ ਤੁਸੀਂ ਉਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸਾਨੂੰ ਗ੍ਰੇਵੀ ਦੀ ਕੰਸਿਸਟੈਂਸੀ ਪਤਾ ਲੱਗ ਸਕੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਕਸੂਰੀ ਮੇਥੀ ਪਾਵਾਂਗੇ ਬਰੀਕ ਕੱਟਿਆ ਹਰਾ ਧਨੀਆ ਪਾਵਾਂਗੇ ਤੇ ਮਿਕਸ ਕਰਾਂਗੇ ਹੁਣ ਆਪਾਂ ਢੱਕ ਕੇ ਪਕਾਵਾਂਗੇ ਤਾਂ ਕਿ ਜਿਹੜਾ ਗ੍ਰੇਵੀ ਨੂੰ ਬੋਇਲ ਆ ਜਾਵੇ ਗ੍ਰੇਵੀ ਨੂੰ ਬੋਇਲ ਆ ਗਿਆ ਹੈ ਹੁਣ ਆਪਾਂ ਢੱਕਣ ਚੁੱਕ ਕੇ ਦੇਖਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗ੍ਰੇਵੀ ਦੇ ਉੱਪਰ ਓਇਲ ਆ ਗਿਆ ਹੈ ਇਹ ਸਾਡੇ ਦਹੀਂ ਦੇ ਕਾਰਨ ਹੀ ਆਇਆ ਹੈ ਜਿਹੜਾ ਆਪਾਂ ਦਹੀਂ ਪਾਇਆ ਸੀਗਾ ਉਸ ਕਰਕੇ ਇਹਦੇ ਉੱਪਰ ਇਹ ਤਿਰਬਰਾ ਆਇਆ ਹੈ ਇਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਅਤੇ ਦੇਖਣ 'ਚ ਲੁੱਕ ਬਹੁਤ ਹੀ ਅੱਛੀ ਲੱਗ ਰਹੀ ਹੈ ਅਤੇ ਗ੍ਰੇਵੀ ਬਹੁਤ ਹੀ ਵਧੀਆ ਰਿਚ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਕੋਫਤੇ ਪਾਵਾਂਗੇ ਫਲੇਮ ਨੂੰ ਆਪਾਂ ਮੀਡੀਅਮ ਕੀਤਾ ਹੋਇਆ ਹੈ ਤਾਂ ਕਿ ਜਿਹੜੀ ਸਾਡੀ ਗ੍ਰੇਵੀ ਹਲੇ ਪੱਕਦੀ ਰਹੇ ਕਿਉਂਕਿ ਹਲੇ ਕੋਫਤੇ ਆਪਾਂ ਹਲਕੇ ਜਿਹੇ ਇਹਦੇ ਵਿੱਚ ਪਕਾਵਾਂਗੇ ਬਰੀਕ ਕੱਟਿਆ ਹਰਾ ਧਨੀਆ ਪਾਵਾਂਗੇ ਹਲਕਾ ਜਿਹਾ ਮਿਕਸ ਕਰਾਂਗੇ ਹੁਣ ਆਪਾਂ ਢੱਕਣ ਦੇ ਕੇ ਲੋਅ ਫਲੇਮ ਤੇ 2 ਮਿੰਟ ਵਾਸਤੇ ਜਿਹੜਾ ਪਕਾਵਾਂਗੇ ਤਾਂ ਕਿ ਕੋਫਤੇ ਅੰਦਰ ਤੱਕ ਸੌਫਟ ਹੋ ਜਾਣ ਹੁਣ ਕੋਫਤਿਆਂ ਨੂੰ ਆਪਾਂ 2 ਮਿੰਟ ਪਕਾ ਲਿਆ ਹੈ ਲੋਅ ਫਲੇਮ ਤੇ ਤੁਸੀਂ ਦੇਖ ਸਕਦੇ ਹੋ ਕੋਫਤੇ ਫੁੱਲ ਕੇ ਥੋੜ੍ਹੇ ਜਿਹੇ ਵੱਡੇ ਹੋ ਗਏ ਹਨ ਇਹਦੇ ਅੰਦਰ ਗ੍ਰੇਵੀ ਦਾ ਸਾਰਾ ਜਿਹੜਾ ਟੇਸਟ ਚਲਾ ਗਿਆ ਹੈ ਫਲੇਵਰ ਚਲੇ ਗਏ ਹਨ ਬਹੁਤ ਹੀ ਵਧੀਆ ਸਾਡੀ ਕੋਫਤਾ ਜਿਹੜੇ ਬਣ ਕੇ ਤਿਆਰ ਹੋਏ ਹਨ ਬਹੁਤ ਹੀ ਅੱਛੇ ਲੱਗ ਰਹੇ ਹਨ ਜਿੰਨੇ ਦੇਖਣ 'ਚ ਵਧੀਆ ਹਨ ਖਾਣ 'ਚ ਉਸ ਤੋਂ ਵੀ ਜ਼ਰਾ ਟੇਸਟੀ ਹਨ ਅਤੇ ਤੁਹਾਨੂੰ ਇੱਕ ਕੋਫਤਾ ਮੈਂ ਕੱਟ ਕੇ ਦਿਖਾਵਾਂਗੀ ਕਿਸ ਤਰ੍ਹਾਂ ਬਣਿਆ ਹੈ ਥੋੜ੍ਹੀ ਜਿਹਾ ਆਪਾਂ ਇਹਦੇ ਉੱਪਰ ਗ੍ਰੇਵੀ ਪਾਵਾਂਗੇ ਹੁਣ ਆਪਾਂ ਕੋਫਤਾ ਨੂੰ ਕੱਟ ਕੇ ਦੇਖਦੇ ਹਾਂ ਕੋਫਤਾ ਬਹੁਤ ਹੀ ਜ਼ਰਾ ਸੌਫਟ ਬਣੇ ਹਨ ਅੰਦਰ ਤੱਕ ਇਹਨਾਂ ਦੇ ਸਾਰੇ ਫਲੇਵਰ ਚਲੇ ਗਏ ਹਨ ਤਾਂ ਬਹੁਤ ਹੀ ਜ਼ਿਆਦਾ ਜੂਸੀ ਕੋਫਤਾ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਗੋਭੀ ਦੇ ਕੋਫਤਾ ਜ਼ਰੂਰ ਟਰਾਈ ਕਰਨਾ ਫਿਰ ਮੈਨੂੰ ਦੱਸਣਾ ਕਿ ਤੁਹਾਡੇ ਕੋਫਤਾ ਕਿਸ ਤਰ੍ਹਾਂ ਬਣੇ ਤਾਂ ਫਿਰ ਮਿਲਦੇ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ